ਮੇਰੇ ਪਿੱਤੇ ਵਿੱਚ ਪੱਥਰੀ ਸੀਗੀ ਮੈਂ ਇੱਥੇ ਆ ਕੇ ਡਾਕਟਰ ਜਸਮੀਤ ਸਿੰਘ ਨੂੰ ਮਿਲੀ ਹਾਂ ਉਹਨਾਂ ਨੇ ਮੇਰਾ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਆ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਖਾਣ ਪੀਣ 'ਚ ਨਾ ਕੋਈ ਤੁਰਨ ਫਿਰਨ 'ਚ ਮੈਂ ਬਿਲਕੁਲ ਠੀਕ ਠਾਕ ਹਾਂ ਮੈਂ ਪੂਜਾ ਰਾਣੀ ਹਾਂ ਮੈਂ ਕਰਤਾਰਪੁਰ ਤੋਂ ਬਿਲੋਂਗ ਕਰਦੀ ਹਾਂ ਮੇਰੇ ਪਿੱਤੇ ਵਿੱਚ ਪੱਥਰੀ ਸੀਗੀ ਮੈਂ ਯੂਟਿਊਬ 'ਤੇ ਦੇਖ ਕੇ ਸਟਾਰ ਹੋਸਪਿਟਲ ਦੇ ਵਿੱਚ ਆਈ ਹਾਂ ਮੈਂ ਇੱਥੇ ਆ ਕੇ ਡਾਕਟਰ ਜਸਮੀਤ ਸਿੰਘ ਨੂੰ ਮਿਲੀ ਹਾਂ ਉਹਨਾਂ ਨੇ ਮੇਰਾ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਆ ਮੇਰਾ ਆਪਰੇਸ਼ਨ ਬਹੁਤ ਵਧੀਆ ਹੋਇਆ ਆ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਖਾਣ ਪੀਣ 'ਚ ਨਾ ਕੋਈ ਤੁਰਨ ਫਿਰਨ 'ਚ ਮੈਂ ਬਿਲਕੁਲ ਠੀਕ ਠਾਕ ਹਾਂ ਆਪਰੇਸ਼ਨ ਤੋਂ ਦੂਜੇ ਦਿਨ ਹੀ ਮੈਨੂੰ ਛੁੱਟੀ ਦੇ ਦਿੱਤੀ ਗਈ ਜੋ ਕਿ ਮੈਂ ਆਪਣੇ ਘਰੇ ਚਲੀ ਗਈ ਸੀ ਕੋਈ ਵੀ ਮੈਨੂੰ ਖਾਣ ਪੀਣ ਦੇ ਵਿੱਚ ਦਿੱਕਤ ਨਹੀਂ ਆ ਰਹੀ ਮੈਂ ਬਿਲਕੁਲ ਠੀਕ ਇਹ ਹਸਪੀਟਲ ਬਹੁਤ ਵਧੀਆ ਆ ਇੱਥੇ ਦਾ ਸਟਾਫ ਵੀ ਬਹੁਤ ਵਧੀਆ ਆ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਟਾਰ ਹਸਪੀਟਲ 'ਤੇ ਆਓ ਆ ਕੇ ਆਪਣਾ ਇਲਾਜ ਕਰਵਾਓ